ਕਰੇਨਾ ਲੱਗੀ ਜਾਵਾ ਸੀ ਕਿ ਨਾ ਟੋਏ ਪਟਣ ਨੂੰ ਟਰੱਕ ਲੱਗੇ ਸੀ ਲਾਸ਼ਾਂ ਲਿਜਾਣ ਨੂੰ ਉਹ ਤੇਰੇ ਅੜਕੇ ਇਹ ਅੜਕੇ ਮੁੰਡਿਆਂ ਨੇ ਇੱਕ ਨੇ ਗਿੱਟੇ ਫੜੇ ਇੱਕ ਨੇ ਬਾਹਾਂ ਫੜੀਆਂ ਐ ਹਲਾਰਾ ਦੇਣਾ ਚੱਲ ਟਰੱਕ ਲਾਸ਼ ਨੂੰ ਸਿੱਟਣਾ ਇਦਾਂ ਉਹ ਇੱਕੇ ਟੋਏ ਚ ਸਾਰੇ ਸਿੱਟਦੇ ਨੇ ਉੱਤੇ ਪਾ ਦੇਣੀ ਮਿੱਟੀ ਅੱਲਾ ਬੇਲੀ ਬੜਾ ਬੜਾ ਔਖਾ ਪਾਕਿਸਤਾਨ ਬਣਿਆ ਮੈਂ ਕਿਹਾ ਪਾਕਿਸਤਾਨ ਬੜਾ ਔਖਾ ਬਣਿਆ ਪਾਕਿਸਤਾਨ ਮੈਂ ਕਹਿੰਦਾ ਇਹਦੇ ਚੁੱਪ ਕਰ ਜਾ ਮੈਂ ਕਹਿੰਦਾ ਪੁੱਤ ਇੱਥੋਂ ਉੱਠ ਕੇ ਹਟੀ ਜਾਣਾ ਹੋਵੇ ਉੱਜੜ ਕੇ ਇਹ ਹੀ ਨਹੀਂ ਅਮਾਨ ਹਾਏ 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 ਤੇ ਕਿੱਥੇ ਹਿੰਦੁਸਤਾਨ ਆ ਤੇ ਕਿੱਥੇ ਪਾਕਿਸਤਾਨ ਓਏ ਹੋਏ ਆ ਗੱਲ ਤੁਹਾਡੀ ਸੀਨਾ ਚੀਰਦੀ ਹੈ ਜਿਹੜੀ ਤੁਸੀਂ ਕਹੀ ਆ जे को तानू वीडियो बना के भेजे उसे पिंड दी जा तानू पिंड विखावे खुशी होगी एक पहाड़ हो जाएंगे के हाय 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 पहाड़ हो जाएंगे जम्मू पहुंच पोत जम्मू ने पहुंच हाय 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 मैं कहना सानू होन कहे तो तू चले जाओ उधर हाय 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 मैं कहना वे सात साल ही तेरा होने के एहो नहीं कह दी जो भी चले जाना उधर हाय 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 जिसे सात साल होगा फिर पटवारी आए पिंडा च उन्होंने कहा फार्म दियो जमीन दे नहीं फार्म देते जिस वे फार्म देते फिर पता लगा भी हूं नहीं जाना हूं नहीं जाना ते आस टुट गई है ते आस टुट गई आस टुट बाकी जड़ी माल डंगर उठे छड़े आंदा मां कहना चुप कर दिया ओए सारा कुछ छड़े है उठे सारा कुछ माल डंगर दाना फका रिजक जमीन लल्लू पल्लू जो कुछ सिगा सारा कुछ छड़ दिता ते आप तुर पा पिंड च रौला पै गया रौला पै गया पिंड च रौला पै गया पाकिस्तान बन गया पाकिस्तान बन गया अच्छा बाबे मोहम्मद अली जिन्ना ने पाकिस्तान बनाता ऐलान होया सी पिंड च अच्छा ਐਲਾਨ ਹੋਇਆ ਸੀ ਬਈ ਪਾਕਿਸਤਾਨ ਬਣ ਗਿਆ ਤੇ ਆ ਛੱਡ ਜਾਣਾ ਤੇ ਉੱਥੇ ਪਾਕਿਸਤਾਨ ਚ ਜਾਣਾ ਅੱਛਾ ਪਾਕਿਸਤਾਨ ਚ ਪਾਕਿਸਤਾਨ ਦਾ ਮਤਲਬ ਨਾ ਉੱਥੇ ਚੋਰੀ ਹੋ ਨਾ ਉੱਥੇ ਹੇਰਾ ਫੇਰੀ ਹੋ ਨਾ ਕੋ ਗੱਲ ਹੋ ਨਾ ਬਾਤ ਹੋ ਅੱਛਾ ਐਸੀ ਸਾਰੇ ਕੰਮ ਮੁਸਲਮਾਨਾਂ ਵਾਲੇ ਹੋਣਗੇ ਹਾਂਜੀ अस्सलाम वालेकुम वालेकुम सलाम जी की हाल चाल जी बहुत चंगा अल्लाह दी रहमत आ अपना नाम की है अली अहमद ਤੁਹਾਡੇ ਵਾਲਦ ਦਾ ਕੀ ਨਾਮ ਉਮਰਦੀਨ ਤੇ ਦਾਦੇ ਦਾ ਕੀ ਨਾਮ ਸੀ ਪੀਰ ਬਸ਼ਕ ਪੀਰ ਆਪਣਾ ਕੌਮ ਕਿਹੜੀ ਆਪਣੀ ਰਾਜਪੂਤ ਗੋਤ ਕਿਹੜੀ ਤੁਹਾਡੀ ਖੋਖਰ ਖੋਖਰ ਕਿਹੜੇ ਪਿੰਡ 'ਚ ਬੈਠੇ ਆ ਹੁਣ ਇਹਦਾ ਹੈਗਾ 95 ਦਸਾਂਜਾ 95 ਦਸਾਂਜਾ ਤਹਿਸੀਲ ਜੜਾਲਾ ਤੇ ਜ਼ਿਲ੍ਹਾ ਲਾਲਪੁਰ ਹਾਂਜੀ ਲਾਗੇ ਲਾਗੇ ਪਿੰਡ ਕਿਹੜੇ ਆ 96 ਧਨੂਆਣਾ ਜਮਸ਼ੇਰ ਅੱਛਾ ਚਿੱਟੀ ਲੰਬੇ ਚਿੱਟੀ ਅੱਟੀ ਦੋੜਾ ਬੰਗੇ ਸਹੀ ਸਹੀ ਕੱਲਾ ਠੀਕ ਜਦੋਂ ਪਾਕਿਸਤਾਨ ਬਣਿਆ ਕਿਹੜੇ ਪਿੰਡੋਂ ਆਏ ਸੀ ਹਾਂਜੀ ਜਦੋਂ ਮੈਂ ਕਿਹਾ ਜਦੋਂ ਪਾਕਿਸਤਾਨ ਬਣਿਆ ਸੀ ਕਿਹੜੇ ਪਿੰਡੋਂ ਆਏ ਸੀ ਕਬੀਰਪੁਰੋਂ ਕਬੀਰਪੁਰ ਕਬੀਰਪੁਰ ਤਹਿਸੀਲ ਕਿਹੜੀ ਸੀ ਤੁਹਾਡੀ ਸੁਲਤਾਨਪੁਰ ਤੇ ਜ਼ਿਲ੍ਹਾ ਜ਼ਿਲ੍ਹਾ ਸਾਡਾ ਸੀ ਰਿਆਸਤ ਕਪੂਰਲਾ ਦੇ ਜ਼ਿਲ੍ਹਾ ਸੀ ਜਲੰਧਰ ਅੱਛਾ ਉੱਥੇ ਪਿੰਡ ਸੀਗੇ
हतोहाड़, अच्छा हाजीपुर, अच्छा भागो बुड्ढा, ठक्कर कौड़ा, अच्छा हाँ जी भूसोहाड़, अच्छा अनुवाड़, लोधीवाड़, यारा सी, अच्छा बूढ़े सी, अच्छा पिंड साडा देसी पिंड सी, कच्चे पिंड सी, अच्छा पिंड दे विचकार थां बणाया असी बैठ उठन, अच्छा सारे मुसलमान एक तीन चार घर सीगे कबूआं दे, अच्छा की नां की सी उहनां दे? उहनां दे उहदा नां दा नहीं मैनूं पता, अच्छा सारे पिंड च इको एक मसीह सी, साडे लागे कबूआं दे घर सीगे कुसे, ਉਹ ਵੀ ਸੇਖੇ ਸੀਗੇ। ਅੱਛਾ ਠੀਕ ਠੀਕ ਤਿੰਨ ਚਾਰ ਘਰ ਸੀ ਵਿਚਾਰੇ, ਠੀਕ ਰਾਮ ਨਾਮ ਵਾਹਦੇ ਸੀ। ਕਿੰਨਾ ਦੂਰ ਸੀ ਤੁਹਾਡੇ ਕੋਲ ਸੁਲਤਾਨਪੁਰ? ਤਿੰਨ ਮੀਲ। ਤਿੰਨ ਮੀਲ, ਅੱਛਾ ਉੱਥੇ ਸੌਦਾ ਸੁਦਾ ਲੈਣ ਜਾਂਦੇ ਸੀ? ਹਾਂ, ਉੱਥੇ ਕੋਈ ਦਰਬਾਰ ਹੈਗਾ ਸੀ ਮਸ਼ਹੂਰ ਲੱਗੇ ਜਿੱਥੇ ਮੇਲਾ ਲੱਗਦਾ ਹੋਵੇ? ਉੱਥੇ ਮੇਲਾ ਲੱਗਦਾ ਸੀ ਨਾ, ਬਾਬੇ ਦੀ ਬੇਰ ਸੀ। ਅੱਛਾ ਉੱਥੇ ਸਿੱਖ ਨਹਾਉਂਦੇ ਹੁੰਦੇ ਸੀ, ਬੜਾ ਮੇਲਾ ਲੱਗਦਾ ਸੀ ਪਹਿਲੀ ਵਿਸਾਖ ਦੀ। ਅੱਛਾ ਪਹਿਲੀ ਵਿਸਾਖ ਦੀ ਸਿੱਖਾਂ ਦਾ ਮੇਲਾ ਲੱਗਦਾ ਸੀ। ਅੱਛਾ ਅੱਛਾ ਸਾਡਾ ਤੇ ਲੱਗਦਾ ਸੀ ਪਹਿਲੀ ਫੱਗਣ ਦੀ। ਕਿੰਨੇ ਖੂਹ ਕਿੰਨੇ ਸੀ ਉੱਥੇ? ਖੂਹ ਪੰਜ। ਪੰਜ ਖੂਹ ਸੀਗੇ ਪਿੰਡ। ਉਧਰ ਜ਼ਮੀਨ ਆਇਆ ਸੀ ਆਪਣੀ ਜ਼ਮੀਨ? ਜ਼ਮੀਨ ਹਾਂ ਅੱਲਾ ਚਾਹੇ ਬਥੇਰੀ ਸੀ ਉਧਰ। ਆਹਾ ਪਿੰਡ ਦੇ ਕਿਹੜੇ ਪਾਸੇ ਸੀ? ਪਿੰਡ ਦੇ ਦੱਖਣ ਵਾਲੇ ਪਾਸੇ। ਅੱਛਾ ਮੈਨੂੰ ਖੂਹ ਗਾੜੀ ਤੇ ਪਾ ਦੇਣਾ। ਅੱਛਾ ਮੈਂ ਝੱਗੇ ਹੱਕੀ ਜਾਣੇ, ਉਹਨੇ ਗਾੜੀ ਪਾਣੀ ਲਾਈ ਜਾਣਾ। ਅੱਛਾ ਅੱਛਾ ਉਹ ਜਿਹੜਾ ਖੂਹ ਚੱਲਦਾ ਚੇਤੇ ਆਉਂਦਾ ਜਦੋਂ ਗਾਟੀ ਯਾਦ ਆਉਂਦੀ ਜਿੱਥੇ ਬੈਠੇ ਹੁੰਦੇ ਛੋਟੇ ਹੁੰਦੇ? ਮੈਂ ਕਹਿੰਦਾ ਚੁੱਪ ਕਰ ਜਾ ਪੁੱਤ। ਹਾਏ 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 ਸਾਡੇ ਭੈਣ ਭਰਾ ਸੀ, ਪੰਜ ਭੈਣਾਂ ਸੀ ਤੇ ਛੇਵਾਂ ਮੈਂ ਭਰਾ ਸੀ। ਤੇ ਤੁਹਾਡੀਆਂ ਰਿਸ਼ਤੇਦਾਰੀਆਂ ਕਿੱਥੇ ਕਿੱਥੇ ਲੱਗੇ ਪਿੰਡਾਂ ਚ? ਰਿਸ਼ਤੇਦਾਰੀਆਂ ਦੋਦਿਆਂ ਚ ਰਿਸ਼ਤੇਦਾਰੀ, ਅੱਛਾ ਬੁਸਵਾਲ ਰਿਸ਼ਤੇਦਾਰੀ, ਅੱਛਾ ਸਰਦੁੱਲਾਪੁਰ ਰਿਸ਼ਤੇਦਾਰੀ, ਅੱਛਾ ਹਾਂਜੀ ਇਹਨਾਂ ਪਿੰਡਾਂ ਚ ਤੁਹਾਡੀ ਰਿਸ਼ਤੇਦਾਰੀ ਸੀਗੀ? ਹਾਂਜੀ ਇਹਨਾਂ ਤਿੰਨਾਂ ਪਿੰਡਾਂ ਚ, ਕਿਉਂਕਿ ਤਿੰਨ ਭੈਣਾਂ ਵਿਆਹੀਆਂ ਸੀ ਅਜੇ। ਕਿੱਡੇ ਸੀ ਜਦੋਂ ਪਾਕਿਸਤਾਨ ਬਣਿਆ ਤੁਸੀਂ? ਮੈਂ ਕਿਹਾ ਜਦੋਂ ਪਾਕਿਸਤਾਨ ਬਣਿਆ ਤੁਹਾਡੀ ਉਮਰ ਕਿੰਨੀ ਸੀ? 15 ਸਾਲ। ਅੱਛਾ 15 ਸਾਲ ਦੇ ਸੀਗੇ? ਹਾਂਜੀ ਐਲਾਨ ਹੋਇਆ ਸੀ ਪਿੰਡਾਂ ਚ। ਅੱਛਾ ਐਲਾਨ ਹੋਇਆ ਸੀ ਪਾਕਿਸਤਾਨ ਬਣ ਗਿਆ ਤੇ ਆ ਛੱਡ ਜਾਣਾ ਤੇ ਉੱਥੇ ਪਾਕਿਸਤਾਨ ਚ ਜਾਣਾ। ਅੱਛਾ ਪਾਕਿਸਤਾਨ ਚ, ਪਾਕਿਸਤਾਨ ਦਾ ਮਤਲਬ ਨਾ ਉੱਥੇ ਚੋਰੀ ਹੋਊ, ਨਾ ਉੱਥੇ ਹੇਰਾ ਫੇਰੀ ਹੋਊ, ਨਾ ਕੋਈ ਗੱਲ ਹੋਊ, ਨਾ ਬਾਤ ਹੋਊ। ਅੱਛਾ ਐਸੀ ਸਾਰੇ ਕੰਮ ਮੁਸਲਮਾਨਾਂ ਵਾਲੇ ਹੋਣਗੇ। ਹਾਂਜੀ ਸਹੀ। ਪਿੰਡ ਚ ਰੌਲਾ ਪੈ ਗਿਆ। ਰੌਲਾ ਪੈ ਗਿਆ ਪਿੰਡ ਚ, ਰੌਲਾ ਪੈ ਗਿਆ, ਪਾਕਿਸਤਾਨ ਬਣ ਗਿਆ, ਪਾਕਿਸਤਾਨ ਬਣ ਗਿਆ। ਅੱਛਾ ਬਾਬੇ ਮੁਹੰਮਦ ਜੀ ਜਨਾਹ ਨੇ ਪਾਕਿਸਤਾਨ ਬਣਾ ਦਿੱਤਾ। ਅੱਛਾ ਅੱਛਾ ਹਾਂਜੀ। ਤੇ ਘਰੋਂ ਕੀ ਕੀ ਲਿਆ ਜਦੋਂ ਨਿਕਲੇ ਸੀ ਘਰ ਜਦੋਂ ਛੱਡਿਆ, ਘਰੋਂ ਕੀ ਕੀ ਸਮਾਨ ਲਿਆ? ਘਰੋਂ ਕੁਛ ਵੀ ਨਾ, ਇੱਕ ਗਲਾਸ, ਇੱਕ ਕੌਲੀ, ਇੱਕ ਬਾਟੀ ਹੁੰਦੀਆਂ ਸੀ ਪਿੱਤਲ ਦੀਆਂ। ਅੱਛਾ ਜਿੱਦਾਂ ਪਰਾਤ ਹੁੰਦੀ ਆ। ਠੀਕ ਆ। ਤਿੰਨ ਭਾਂਡੇ ਸੀ। ਬਸ। ਅੱਛਾ ਤਿੰਨ ਭਾਂਡੇ ਸੀ। ਹਾਂਜੀ ਬਾਕੀ ਜਿਹੜੀਆਂ ਮਾਲ ਡੰਗਰ ਉੱਥੇ ਛੱਡਿਆ ਹੁੰਦਾ? ਮਾਂ ਕਹਿੰਦਾ ਚੁੱਪ ਕਰ ਗਿਆ। ਸਾਰਾ ਕੁਛ ਛੱਡ ਆਏ ਉੱਥੇ? ਸਾਰਾ ਕੁਛ, ਮਾਲ ਡੰਗਰ ਦਾਣਾ ਫੱਕਾ ਰਿਜਕ ਜ਼ਮੀਨ ਲੱਲੂ ਪੱਲੂ ਜੋ ਕੁਛ ਸੀਗਾ ਸਾਰਾ ਕੁਛ ਛੱਡ ਦਿੱਤਾ ਤੇ ਆਪ ਤੁਰ ਪਾ। ਅੱਛਾ ਪਿੰਡੋਂ ਨਿਕਲ ਕੇ ਕਿੱਥੇ ਬੈਠੇ ਜਾ ਕੇ? ਫੱਤੂ ਟੀ ਗਈ। ਕੈਂਪ ਲੱਗਾ ਸੀ ਉੱਥੇ? ਉੱਥੇ ਕੈਂਪ ਲੱਗਾ ਹੋਇਆ ਸੀ, ਬੇਬਹਾ ਬੇਬਹਾ ਕੈਂਪ ਸੀ। ਅੱਛਾ ਫੱਤੂ ਢੀਂਗਾ ਸੀਗਾ ਸਾਡੇ ਤੋਂ 8 ਕੁ ਮੀਲ, ਉੱਥੇ ਸਾਡਾ ਪਹਿਲਾ ਕੰਪ ਲੱਗਾ, ਰਾਤ ਰਹਿ ਅਸੀਂ ਉੱਥੇ। ਅੱਛਾ ਉੱਥੋਂ ਅਸੀਂ ਤੁਰ ਕੇ 10-12 ਮੀਲ ਤੇ ਗਡਾਣਾ ਸੀ, ਗਡਾਣਾ ਅੰਮ੍ਰਿਤਸਰੋਂ ਸੜਕ ਜਾਂਦੀ ਆ ਜਲੰਧਰ ਨੂੰ। ਸਹੀ ਗੱਲ, ਏਦਾਂ ਏਦਾਂ ਹੀ ਉਹਦੇ ਤੇ ਪੁਲ ਸੀ, ਦਰਿਆ ਤੇ ਦਰਿਆ ਤੇ, ਹਾਂ ਦਰਿਆ ਤੇ ਪੁਲ ਸੀ, ਉੱਥੇ ਫਿਰ ਅਸੀਂ ਆਣ ਕੇ ਬੈਠੇ। ਉਹ ਜਿਹੜਾ ਹੜ ਆਇਆ ਸੀ ਗਡਾਣੇ,
हाँ जी ये तो हार्ड आया असि पहले आ गए सर। अच्छा हार्ड तो असि पहले आ गए मगरले कैंप नु आया हार्ड हार्ड लांबे फिरदे ते सी बंदे। अच्छा तेरे अगे जेडे चंगे जवान सी ना हाँ जी हाँ जी एक एक तलवार एक एक खूंडा एक और पिंड कैंप दे मगर अदाए पदाए फिरदे छावा भाई छावा भाई छावा भाई। अच्छा अच्छा गडाने आ गए उथे बैठे रह। अच्छा नी पई जाना बैठे रहना। अच्छा भाने बीबे रहने। अच्छा इधर देखो। अच्छा ते ना को खान नु ना पीन नु बैठे रह। उधर वो प्या सिखा दा जसा। अच्छा गडाने गडाने। अच्छा सानू पर देखो देखो घोड़ी है ते वो भी खोली मैं है ते वो भी खोली ਜੇ ਬਾਬਲ ਦੁਆ ਕਹਿੰਦੇ ਜੋੜਨਾ ਗੱਡੇ ਤੇ ਉਹ ਵੀ ਖੋ ਕੇ ਲੈ ਗਿਆ। ਅੱਛਾ ਤੇ ਸਿੱਖ ਸੀਗਾ ਕੇਰ ਖਾਨ ਕੇਰ ਸਿੰਘ ਕੇਰ ਸਿੰਘ ਹਾਂ ਥਾਣੇਦਾਰ ਥਾਣੇਦਾਰ ਸੀਗਾ ਕੇਰ ਸਿੰਘ ਕੇਰ ਸਿੰਘ ਉਧਰੋਂ ਫਿਰ ਪਾਕਿਸਤਾਨ ਨੂੰ ਪਤਾ ਲੱਗਾ ਇਹਦੇ ਫਿਰ ਡੋਗਰਿਆਂ ਦੀ ਮਿਲਟਰੀ ਗਈ ਉੱਥੇ। ਅੱਛਾ ਗਡਾਣੇ ਉੱਥੇ ਫਿਰ ਜਿੰਨੇ ਸਿੱਖ ਸੀ ਨਾ ਥਾਣੇਦਾਰ ਸਾਰੇ ਵੜ ਸਕੇ ਉਹਨਾਂ ਨੇ ਮਾਰ ਦਿੱਤੇ ਮਸ਼ੀਨ ਚਲਾ ਦਿੱਤੀ। अच्छा 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 बलोच मिलिट्री आई उन्होंने फिर मशीन चलाई। हाँ जी तो यार के मुंडे जेड़े थे ना हाँ बिगड़े हाँ हाँ उन्होंने नाल लिया उन अफाला इनको को भी अफाला इनको बोल दे फाला इनको मज फाला गठड़ी से तेरे की फाला इनको एक काम करता सी। अच्छा बंदे मारे भी उन्होंने कोई कैंप दे के नहीं मुसलमाना दे बंदे शहीद भी हो गए थे उथे मुसलमाना दे होए कौन सा। अच्छा किन्ने के बंदे सी मारे गए के होंगे 5-10। अच्छा कोई ਤੁਹਾਡਾ ਖਾਨਦਾਨ ਦਾ ਜੀਤ ਨਹੀਂ ਜ਼ਖਮੀ ਹੋਇਆ ਤੁਹਾਡਾ ਰਿਸ਼ਤੇਦਾਰ ਕੋਈ ਮੈਂ ਕਿਹਾ ਤੁਹਾਡਾ ਰਿਸ਼ਤੇਦਾਰ ਨਹੀਂ ਕੋਈ ਜ਼ਖਮੀ ਹੋਇਆ ਨਹੀਂ ਨਹੀਂ ਹਾਂ ਸਾਡਾ ਅਮਨ ਅਮਾਨ ਆ ਗਿਆ ਅਮਨ ਅਮਾਨ ਹੈ ਉੱਥੇ ਫਿਰ ਐਲਾਨ ਹੋਇਆ ਵੀ ਉੱਠ ਖੜੋ। ਅੱਛਾ ਮਿਲਟਰੀ ਜੀ ਚਲੀ ਗਈ। ਅੱਛਾ ਮਿਲਟਰੀ ਫਿਰ ਅਦਾਰੇ ਤੇ ਆਏ ਫਿਰ ਅਸੀਂ ਆ ਗਏ ਅੰਮ੍ਰਿਤਸਰ। ਅੱਛਾ जिथे माल मंडी लगती थी। अच्छा उथे आन के कैंप बैठा। अच्छा अच्छा उथे रहे उथे भी रहे असि दिहाड़ी अमृतसर असि अपनी गल करदा वा असि जे इको रात रहे आ। अच्छा सवेर नु ट्रक आ गया चले गए लाहौरों। अच्छा वे आ जाओ जी ना पाकिस्तान नु जाना। अच्छा और जिथे असि बैठे सी उथे ट्रक खड़ा सी असि ते वण विच गए। अच्छा ते बाकी ਦਾ ਫਿਰ ਗਰੁੱਪ ਕੰਪ ਜਿਹੜਾ ਸੀ ਉਹ ਬਾਅਦ ਚ ਆਇਆ। ਅੱਛਾ ਫਿਰ ਟਰੱਕ ਉਥੋਂ ਅੰਮ੍ਰਿਤਸਰੋਂ ਲਾਹੌਰ ਉਤਰਿਆ। ਹਾਂ ਫਿਰ ਲਾਹੌਰ ਆ ਗਏ ਅਸੀਂ ਅਮਨਾ ਮਾਨ ਆ ਗਏ ਲਾਹੌਰ ਆ ਗਏ। ਹਾਂ ਅੱਛਾ ਜੀ ਕਿੰਨੇ ਦਿਨਾਂ ਹੀ ਲਾਹੌਰ ਪਹੁੰਚੇ ਸੀ ਆਪਣੇ ਪਿੰਡ ਤੋਂ ਲਾਹੌਰ ਕਿੰਨੇ ਦਿਨਾਂ ਹੀ ਪਹੁੰਚੇ ਸੀ 15 ਦਿਨਾਂ ਚ ਰੋਟੀ ਪਾਣੀ ਲੱਭ ਜਾਂਦਾ ਸੀ ਰਸਤੇ ਚ। ਹਾਂ ਜੀ 15 ਦਿਨਾਂ ਚ ਪਹੁੰਚੇ ਮੈਂ ਕਿਹਾ ਰੋਟੀ ਪਾਣੀ ਲੱਭ ਜਾਂਦਾ ਸੀ ਕਦੋਂ। ਹਾਂ ਰੋਟੀ ਪਾਣੀ ਕਿੱਥੋਂ ਲੱਭਣਾ। ਹਾਂ ਦਾਣੇ ਦਾਣੇ ਹੋਣੇ ਜਿਨ੍ਹਾਂ ਦੇ ਕੋਲ ਸੀ ਨਾ ਗੱਡੇ ਉਹਨਾਂ ਕੋਲ ਦਾਣੇ ਦਾਣੇ ਬੋਰੀਆਂ ਰੱਖੀਆਂ ਸੀ ਇੱਕ ਇੱਕ ਦੋ ਦੋ ਉਹ ਦਾਣੇ ਫੱਕਾ ਉਹਨਾਂ ਕੋਲ ਲੈਣੇ ਮੰਨ ਕੇ ਉਹ ਭੁੰਨ ਲੈਣੇ ਭੁੰਨ ਕੇ ਵੀ ਚੱਪ ਕੇ ਤੇ ਪਾਣੀ ਲੈਣਾ ਪੀ ਤੇ ਬੈਠੋ ਜੀ ਲਾਹੌਰ ਆ ਗਏ ਬਾਰਗਾਂ ਚ। ਅੱਛਾ ਜਿਹੜੀ ਕਸੂਰ ਨੂੰ ਸੜਕ ਜਾਂਦੀ ਉਹਦੇ ਉੱਤੇ ਆ। ਅੱਛਾ 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 ਉੱਥੇ ਆਣ ਕੇ ਬਹਿ ਗਏ। ਉੱਥੇ ਤੇ ਬਹਿ ਗਏ ਤੇ ਜਦੋਂ ਹੋ ਗਏ ਨਾ 8 ਦਿਨ ਬੈਠਿਆ ਨੂੰ ਫਿਰ ਉੱਥੇ ਪਿਆ ਹੈ ਜਾ ਹੈ ਹੈ ਜਾ ਜਿਸ ਵੇਲੇ ਪਿਆ ਉੱਥੇ ਦੇ ਬੰਦੇ ਬੁੱਢੀਆਂ ਮਰਦੇ ਜਾਣ ਹੈ ਕਰੇਨਾਂ ਲੱਗੀਆਂ ਸੀਗੀਆਂ ਟੋਏ ਪੱਟਣ ਨੂੰ ਟਰੱਕ ਲੱਗੇ ਸੀ ਲਾਸ਼ਾਂ ਲਿਜਾਣ ਨੂੰ ਉਹ ਤੇਰੇ ਅੜਕੇ ਆਏ ਅੜਕਿਆ ਮੁੰਡਿਆਂ ਨੇ ਇੱਕ ਨੇ ਗਿੱਟੇ ਫੜੇ ਇੱਕ ਨੇ ਬਾਹਾਂ ਫੜੀਆਂ ਐ ਹਲਾਰਾ ਦੇਣਾ ਚੱਲ ਟਰੱਕ ਚ ਲਾਸ਼ ਨੂੰ ਸਿੱਟਣਾ ਇਦਾਂ ਉਹ ਇੱਕੇ ਕੋਲੇ ਚ ਸਾਰੇ ਸਿੱਟ ਦੇਣੇ ਓਏ ਹੋਏ ਉੱਤੇ ਪਾ ਦੇਣੀ ਮਿੱਟੀ ਅੱਲਾ ਬੇਲੀ ਅੱਲਾ ਬੜਾ ਬੜਾ ਔਖਾ ਪਾਕਿਸਤਾਨ ਬਣਿਆ ਮੈਂ ਕਿਹਾ ਪਾਕਿਸਤਾਨ ਬੜਾ ਔਖਾ ਬਣਿਆ ਪਾਕਿਸਤਾਨ ਮੈਂ ਕਹਿੰਦਾ ਇਹਦੇ ਚੁੱਪ ਕਰ ਜਾ ਮੈਂ ਕਹਿੰਦਾ ਪੁੱਤ ਇੱਥੋਂ ਉੱਠ ਕੇ ਹੱਟੀ ਜਾਣਾ ਹੋਵੇ ਉੱਜੜ ਕੇ ਇਹ ਹੀ ਨਹੀਂ ਅਮਾਨ ਹਾਏ 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 ਤੇ ਕਿੱਥੇ ਹਿੰਦੁਸਤਾਨ ਆ ਤੇ ਕਿੱਥੇ ਪਾਕਿਸਤਾਨ ਓਏ ਹੋਏ ਆ ਗੱਲ ਤੁਹਾਡੀ ਸੀਨਾ ਚੀਰਦੀ ਹੈ ਜਿਹੜੀ ਤੁਸੀਂ ਕਹੀ ਆ ਮੈਂ ਕਹਿੰਦਾ ਵੇ
सात साल ही देना होने के एहो नहीं ढेड च भी चले जाना उधर जिसे सात साल होगा फिर पटवारी आए पिंड च उन्होंने कहा फार्म दियो जमीन दे फार्म दिते जिस वे फार्म देते फिर पता लगा भी हूं नहीं जाना ते आस टूट गई है कमरे ना को बीमार ना कुछ मार ना को मरे ना को होवे ना को गल ना को बात आ जरा इधर का घेहो ना इधर का घेहो और साढ़े खूह का पानी एक बराबर ठगी की मकानी गुल्ली डंडा खेलता हों अच्छा गुल्ली डंडा ना गेड़े ता ना खेलते सी ना ना न्याने आने होना हानी गेड़े सी उन्हें ना की सी हानिया दे ना कहे दा गलाम रसूल कहे दा रफीद कहे दा अब्दुल मान कहे दा कोई ना कहे दा कोई ना और बहुत जमन पो हूँ बड़ी बड़ी गल बड़ी गल ऐसे इलावा तो तुझे और जिथे जमने हैं तो अनुभव कर दा नहीं कभी भी नहीं कभी और जिथे माजी चले जाओ इधर बाबा जी जमन पो पाके नहीं बोलती। लो दोस्तों असी बैठे सी बाबा जी राणा अली अहमद दे कोल पिंड दसांज तहसील जड़ाना जिला लैलपुर फैसलाबाद पिछला इन्हां दा पिंड सी कबीरपुर सुल्तानपुर लोधी जिला जलंधर दे विच ते बुजुर्गां दा बड़ा ही दिल करदा कि मैं सिखां नूं पुछिया सी ना साड्या वड्डिया ने केड़े जिले च जाइए सिखां ने कहा सी सब तो अफजल वा लैलपुर जिला हिंदुस्तान च भी मशहूर आ पाकिस्तान च भी मशहूर आ लैलपुर